थोड़ा जिहा पिछोकड़ एक होर मुकदमे नाल जुड़िया होया वा। एक मोहला नौ का असी अक्यूज पकड़िया सीगा, 105 नशीलियां गोलियां फड़ी गई सी इहदे कोलों एक नौ नूं। जदों उस मोहला तों पुछया गया कि भाई ये तू जिहड़ा नशीलियां गोलियां ने कित्थों लैके आउणा आ, तो उहने सानूं इक नां दस्सिया गौरव गंगू नां दे मुंडे दा कि मैं तां जी इस बंदे तों लैके आउणा। ਉਹ ਜਿਹੜਾ ਸਾਡਾ ਤਫਤੀਸ਼ੀ ਅਫਸਰ ਸੀਗਾ, ਜਿਹੜੀ ਇਹ ਤੁਸੀਂ ਖੋਹ ਦੀ ਗੱਲ ਕਰ ਰਹੇ ਹੋ, ਜਦੋਂ ਇਹ ਖੋਹ ਹੋਈ ਸੀ ਤਾਂ ਅਸੀਂ ਉਹ ਤਫਤੀਸ਼ੀ ਅਫਸਰ ਔਰ ਐਸ ਐਚ ਓ ਸਦਰੀ ਮੌਕੇ 'ਤੇ ਆਏ ਸੀਗੇ। ਉਹਨੇ ਆਪਣੀ ਜੋ ਸੂਝ ਬੂਝ ਮੁਤਾਬਕ ਜਿਵੇਂ ਸਾਡੇ ਹੁੰਦੇ ਆ ਮੁੰਡੇ ਸਾਰੇ, ਉਹ ਬੰਦੇ ਨੂੰ ਮੌਕੇ 'ਤੇ ਉਹਦੀ ਪਛਾਣ ਲਿਆ ਕਿ ਵੀ ਇਹ ਤਾਂ ਉਦੋਂ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਉਹਦੀ ਫੋਟੋ ਆਈ ਸੀਗੀ। ਜਦੋਂ ਉਹਨੂੰ ਉਸ ਨਾਲ ਜੋੜ ਕੇ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਹ ਜਿਹੜੀ ਖੋਹ ਸੀਗੀ ਉਹ ਮੰਨ ਗਿਆ ਕਿ ਹਾਂ ਮੈਂ ਚਾਰ ਚੂੜੀਆਂ ਇੱਕ ਸ਼ਾਸਤਰੀ ਨਗਰ ਘਰ ਦੇ ਵਿੱਚ ਇੱਕ ਓਲਡ ਬਜ਼ੁਰਗ ਸੀਗੇ ਅਤੇ ਇੱਕ ਉਹਨਾਂ ਦੀ ਨੋਹਰਣੀ ਸੀਗੀ, ਉਹਨਾਂ ਤੋਂ ਖੋਹ ਕਰਕੇ ਲੈ ਕੇ ਗਿਆ ਸੀ। ਅਸਲ ਵਿੱਚ ਜਿਹੜਾ ਪਿਸਤੌਲ ਕਿਹਾ ਜਾ ਰਿਹਾ ਉਹ ਡੰਮੀ ਲਾਈਟਰ ਹੈਗਾ ਜੀ ਜੀ, ਉਹ ਲਾਈਟਰ ਵੀ ਡੰਮੀ ਪਿਸਤੌਲ ਬਰਾਮਦ ਹੋ ਗਿਆ ਵਾ। ਅਤੇ ਇੱਕ ਜਿਹੜੀ ਚਾਰ ਚੂੜੀਆਂ ਨੇ ਇਹਨੇ ਆਪਣੀ ਨਿਸ਼ਾਨਦੇਹੀ ਕਰਕੇ ਚਾਰਾਂ 'ਚੋਂ ਇੱਕ ਚੂੜੀ ਬਰਾਮਦ ਕਰਾਤੀ ਆ ਜੀ। ਇਸ ਤੋਂ ਇਲਾਵਾ ਤੁਹਾਨੂੰ ਹੋਰ ਦੱਸ ਦਈਏ ਕਿ ਜਿਹੜਾ ਗੱਗੂ ਆ ਇਹ ਖੁਦ ਵੀ ਚਿੱਟੇ ਦਾ ਸੇਵਨ ਕਰਨ ਦਾ ਆਦੀ ਹੈਗਾ, ਅਸੀਂ ਇਹਦਾ ਡੋਪ ਕਰਵਾ ਰਹੇ ਹਾਂ ਅਤੇ ਇਹਦੇ ਕੋਲੋਂ 45 ਗੋਲੀਆਂ ਜਿਹੜੀਆਂ ਜਿਹੜਾ ਇਹ ਧੰਦਾ ਕਰਦਾ ਨਾਲ ਬੀਜਦਾ ਆ ਉਹ ਤੋਂ 45 ਗੋਲੀਆਂ ਵੀ ਬਰਾਮਦ ਹੋ ਗਈਆਂ ਨੇ ਜੀ। ਹੁਣ ਇਹਦੀ ਇੱਕ ਜਗ੍ਹਾ ਅਰੈਸਟ ਪੈ ਗਈ ਆ ਅਤੇ ਦੂਸਰੀ ਜਗ੍ਹਾ ਇਹਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਜਿਹੜਾ ਸਿਟੀ ਥਾਣੇ ਵਾਲਾ ਮੁਕੱਦਮਾ ਉਹ 'ਚ ਅਸੀਂ ਅਰੈਸਟ ਜਲਦੀ ਪਾਉਣ ਜਾ ਰਹੇ ਹਾਂ, ਬਰਾਮਦਗੀ ਹੋ ਗਈ ਆ ਸਾਡੇ ਕੋਲ।